ਹੁਣ ਮੈਂ ਇਹਦੀ ਪੋਲ ਖੋਲਦਾ ਨਾ ਇਨਕਮ ਟੈਕਸ ਦੀ ਰੇਟ ਪੈ ਜਾਣੀ ਹੈ ਘਰ ਇਹਦੇ ਜ਼ਿਆਦਾ ਅੱਗ ਲੱਗੀ ਆ ਤਾਂ ਡੁੱਬੀ ਵੀ ਮਾਰ ਲਿਓ ਥੱਲੇ ਅੰਦਰੋਂ ਜ਼ਿਆਦਾ ਗਰਮੀ ਵੀ ਪੈਦਾ ਹੋਣ ਠੀਕ ਹੈ ਅੱਜ ਅਸੀਂ ਨਾ ਇੱਕ ਦੂਜਾ ਵਲੌਗ ਇਹਦਾ ਸ਼ੂਟ ਕਰਨ ਲੱਗੇ ਸੇਮ ਲੋਕੇਸ਼ਨ 'ਤੇ ਅਤੇ ਜਿਵੇਂ ਤੁਹਾਨੂੰ ਪਤਾ ਜਿਵੇਂ ਲਾਸਟ ਵੀਡੀਓ 'ਚ ਤੁਸੀਂ ਦੇਖਿਆ ਹੋਣਾ ਕਿ ਅਸੀਂ ਗਿੰਬਲ ਲਿੱਤਾ ਸੀ ਕਿਹੜੇ ਵਾਲਾ ਇਹ ਵਾਲਾ ਜਿਹੜਾ ਅਸੀਂ ਹੁਣੇ ਤੱਕ ਇਹਨੂੰ ਖੋਲਿਆ ਨਹੀਂ ਕਿਉਂ ਨਹੀਂ ਖੋਲਿਆ ਮੈਂ ਸੋਚਿਆ ਸੀ ਯਾਰ ਇਹਦੀ ਇੱਕ ਵਾਰੀ ਰਿਵਿਊ ਦੇਵਾਂਗਾ ਕਿ ਤੁਹਾਡਾ ਵਰਥ ਹੈ ਨਹੀਂ ਲੈਣ ਦਾ ਜਿਹੜੇ ਬੰਦੇ ਫੋਨ ਤੋਂ ਵਲੌਗਿੰਗ ਕਰਦੇ ਨੇ ਅਤੇ ਉਸ ਦਿਨ ਯਾਰ ਭੀੜ ਬਹੁਤ ਹੋ ਗਈ ਸੀ ਪਰ ਅਸੀਂ ਸਿਟੀ ਇਹਦਾ ਕਰਨਾ ਸੀ ਸ਼ੂਟ ਕਿਉਂ ਕਿਉਂਕਿ ਪਹਿਲਾਂ ਅਸੀਂ ਇਹਨੂੰ ਖੋਲਦੇ ਤੇ ਇਹਦਾ ਵਿਊ ਵਿਊ ਬਣਾਉਂਦੇ ਵਧੀਆ ਕਿਉਂਕਿ ਵਿਊ ਤੁਸੀਂ ਖੁਦ ਹੀ ਦੇਖ ਸਕਦੇ ਹੋ ਇੱਧਰ ਦੇਖ ਲਓ ਦੈਨ ਇੱਧਰ ਵੀ ਨਿਗਾਹ ਮਾਰ ਲਓ ਇੱਕ ਵਾਰੀ ਠੀਕ ਹੈ ਅਤੇ ਇਹਨੂੰ ਕਰਦੇ ਹਾਂ ਅਸੀਂ ਅਨਬੋਕਸਿੰਗ ਇਹਦੀ ਅਤੇ ਦਿਖਾਉਂਦੇ ਹਾਂ ਤੁਹਾਨੂੰ ਕਰਦੇ ਹਾਂ ਸ਼ੁਰੂ ਯਾਰ ਦਿੱਤਾ ਤਾਂ ਹੋਇਆ ਯਾਰ ਹੱਦ ਹੋ ਗਈ ਮੇਰੇ ਤੋਂ ਨਾ ਹਾਂ ਕਿੰਨਾ ਈਜ਼ੀ ਸੀ ਨਾ ਮੈਂ ਲੱਗਿਆ ਸੀ ਜਾਨਵਰਾਂ ਵਾਂਗ ਕੌਣ ਇਹ ਲੋਕ ਉਹ ਬਾਈ ਦਿੱਤਾ ਕਿ ਕਿਵੇਂ ਓਪਨ ਕਰਨਾ ਅਤੇ ਠੀਕ ਹੈ ਹੁਣ ਉਲਟਾ ਆ ਰਿਹਾ ਹੁਣ ਦੇਖ ਲਓ ਬੈਗ ਚਲੋ ਇਹਨੂੰ ਬਾਅਦ 'ਚ ਦੇਖਦੇ ਹਾਂ ਅੰਦਰ ਦੇਖਦੇ ਹਾਂ ਹੁਣ ਕੀ ਹੈ ਇਹਦੇ ਓਕੇ ਅਤੇ ਜਿਵੇਂ ਬਾਕੀ ਗਿੰਬਲ ਹੁੰਦੇ ਨਾ ਉਹਨਾਂ 'ਚ ਕੀ ਹੈ ਉਹਨਾਂ ਦਾ ਸਟੈਂਡ ਹੁੰਦਾ ਇਹਦੇ 'ਚ ਇੱਕ ਚੀਜ਼ ਹੈਗੀ ਹੈ ਮੈਂ ਤੁਹਾਨੂੰ ਦਿਖਾਉਂਦਾ ਕਿ ਇਹ ਹੈ ਮੈਗਨੈਟ ਠੀਕ ਹੈ ਇਹਦੇ 'ਚ ਫੋਨ ਵਧੀਆ ਚਿਪਕ ਜਾਣਾ ਅਤੇ ਉਹਦੇ ਬਾਅਦ ਇਹਦੇ 'ਚ ਲੱਗ ਜਾਣਾ ਇਹ ਦੇਖੋ ਐਵੇਂ ਕਰਕੇ ਹੁਣ ਮੈਂ ਸੈੱਟ ਨਹੀਂ ਲਾਇਆ ਲਾਈਕ ਐਵੇਂ ਕਰਕੇ ਹਾਂ ਆਹ ਹੁਣ ਲੱਗਿਆ ਵਧੀਆ ਠੀਕ ਹੈ ਅਤੇ ਹੁਣ ਦੇਖਦੇ ਹੋਰ ਕੀ ਚੀਜ਼ ਇਹਦੇ 'ਚ ਇੱਕ ਟਰਾਈਪੋਡ ਯਾਰ ਇਹ ਵਧੀਆ ਹੁੰਦਾ ਜਿਵੇਂ ਫੋਨ ਤੁਸੀਂ ਰੱਖਦੇ ਹੋ ਅਤੇ ਇਹ ਠੀਕ ਚੀਜ਼ ਹੈ ਅਤੇ ਉਹ ਤੋਂ ਬਾਅਦ ਇੱਕ ਸਟ੍ਰੈਪ ਅਤੇ ਇਹਦੀ ਸੀ ਟਾਈਪ ਕੇਬਲ ਠੀਕ ਹੈ ਔਰ ਇੱਕ ਇਹ ਸਟਿੱਕਰ ਦਿੱਤਾ ਜਿਵੇਂ ਮੰਨ ਲਓ ਕਿਸੇ ਦੇ ਫੋਨ ਹੁੰਦੇ ਨੇ ਥਿੱਕ ਨਹੀਂ ਹੁੰਦੇ ਪਰ ਆਪਣਾ ਜਿਹੜਾ ਹੈਗਾ ਆ ਕਾਫੀ ਥਿੱਕ ਹੈ ਆਈਫੋਨ 13 ਪ੍ਰੋ ਮੈਕਸ ਅਤੇ ਤਾਂ ਕਰਕੇ ਅਸੀਂ ਇਹਦਾ ਯੂਜ਼ ਕਰ ਸਕਦੇ ਹਾਂ ਅਤੇ ਟਾਈਮ ਵੇਸਟ ਨਹੀਂ ਕਰਦੇ ਫਟਾਫਟ ਇਹਨੂੰ ਔਨ ਕਰਦੇ ਹਾਂ ਅਤੇ ਤੁਹਾਨੂੰ ਦਿਖਾਉਂਦੇ ਕਿ ਕੀ ਸੀਨ ਹੈ ਇਹਦਾ ਯਾਰ ਕੀ ਸੀਨ ਹੈ ਠੀਕ ਹੈ ਯਾਰ ਕੰਮ ਵਧੀਆ ਆਇਆ ਚੀਜ਼ ਅਬੇ ਜਲਦੀ ਬੋਲ ਕੱਲ ਸਵੇਰੇ ਪਨਵੇਲ ਨਿਕਲਣਾ ਹੈ ਸੌਰੀ ਸੋ ਕੁਛ ਨਹੀਂ ਗੋਰੀਆਂ ਸੀ ਯਾਰ ਮੁਲਕ ਦਾ ਦੂਜਾ ਗੋਰੀਆਂ ਹੁੰਦੀਆਂ ਨੇ ਐਵੇਂ ਵਧੀਆ ਤੇ ਬਾਤ ਸਹੀ ਹੈ ਪਤਾ ਕੀ ਸੀਨ ਹੈ ਯਾਰ ਹੁਣੇ ਨਵਾਂ ਨਵਾਂ ਸਾਨੂੰ ਸਮਝ ਨਹੀਂ ਆ ਰਿਹਾ ਕਿਵੇਂ ਚੱਲਦਾ ਬਟ ਅਸੀਂ ਟਰਾਈ ਆਵਰ ਬੈਸਟ ਠੀਕ ਹੈ ਅਤੇ ਜਿਵੇਂ ਸਾਡੀ ਦੀ ਅੰਗਰੇਜ਼ੀ ਹੈਗੀ ਉਵੇਂ ਅਸੀਂ ਦੱਸ ਰਹੇ ਜੀ ਅਸੀਂ ਟਰਾਈ ਆਪਣਾ ਬੈਸਟ ਕਰ ਰਹੇ ਨੇ ਦੇਖੋ ਹੁਣ ਕਿਵੇਂ ਬਣਦੇ ਨੇ ਉਹ ਭਾਅ ਜੀ ਲੱਗੇ ਹੋਏ ਨੇ ਜਿਵੇਂ ਖਡੌਣਾ ਨਹੀਂ ਦੇ ਦਿੰਦੇ ਕਿਸੇ ਨੂੰ ਕਿ ਆ ਬਈ ਇਹ ਲੈ ਲਾ ਆਪਣਾ ਅਤੇ ਇਹ ਟਰੱਕ ਹੈ ਦੇ ਰਿਹਾ ਇਹਨੂੰ ਅੱਗੇ ਪਿੱਛੇ ਕਰੀ ਜਾ ਉਵੇਂ ਭਾਅ ਜੀ ਲੱਗੇ ਹੋਏ ਨੇ ਦੇਖੋ ਕਹਿੰਦੇ ਅੱਜ ਮੈਂ ਫਿਲਮ ਬਣਾਉਣੀ ਹੈ ਸਿਡਨੀ ਦੀ ਅਤੇ ਮੈਂ ਜਿਵੇਂ ਮਰਜ਼ੀ ਕਰਾਂ ਮੈਂ ਫਿਲਮ ਵਧੀਆ ਬਣਾਉਣੀ ਆ ਅਤੇ ਉਹ ਲੱਗੇ ਹੋਏ ਨੇ ਤੋ ਹਮ ਡਾਲਤੇ ਹੈ ਕੁਝ ਜੋ ਹਮਨੇ ਰਿਕਾਰਡ ਕਰਾ ਆਪ ਦੇਖ ਕੇ ਬਤਾਨਾ ਕੈਸੀ ਲੱਗੀ ਕਮੈਂਟ ਬਾਕਸ ਮੈਂ ਜ਼ਰੂਰ ਬਤਾਨਾ ਠੀਕ ਹੈ
ये हमारे हालात हैं क्योंकि भाई ने शूट कराना है। ठीक है, यो पाजी शूट कर करके थक गए। वैसे पाजी अजकल अज तुसी बहुत मतलब भाई आज आपने बहुत सारी चीज़ें सीखी, हिंदी में ब्लॉग करना है हिंदी में, तो कैसा लग रहा है रेमंड का चश्मा कमेंट करना। और बहुत मनुष्य लग रहा हूँ, मत करो, रहने दो, रहने दो, बहुत बुरे लग रहे हो तो। और जो कहेंगे ₹100 वाला, तो भाई फॉर योर काइंड इन्फॉर्मेशन $100 का है, $100 की मिली है भाई, $300 खर्चे। ठीक है, तो बढ़िया लग रहे हैं। हमने कभी लिया नहीं, हमें पता। ओहो पाजी, लिया नहीं, लिया नहीं। हुण मैं दी पोल खोलदा ना, इनकम टैक्स दी रेट पै जानी है घर दे, होर कुछ नहीं पै जाए टैक्स पै मेरे भाई। ओ वैसे माहौल वधिया चल रहा सी उधर, एक नंबर ते है माहौल, एक नंबर ते है। ओ ज्यादा रौनक मेला, मैं कह नाम दा आंटे रे नाम तो। सो दूर दूर तक रोशनी, एक ना मेरे च भी रोशनी, एक एक हवा दे करके ना एक टी-शर्ट पाया हल्की जी, उत्ते एक हल्की जी है। और ये तो लेटेस्ट न्यूज़ है, बस समझ लो तुसी करंट है ना, ये तो थले तक ठरया पे पूरा। हां ते एंजॉय, होप तुसी वीडियो एंजॉय कर रहे होगे। मैं तो कहता फैशन नहीं करके आया वीरे, से जा जरूरी है, ठंड लागी कल कौन संभालेगा, कल काम ते कौन जाऊगा। हां ते करदे आगे दिखांदे थानू असी की कीता जुगाड़ यार। एक्टिविटी कीती है तू कभी जेडी जा रही है? हां किवें सी? बस बंदा गिल्ला होया ना, ठंड च कोई फर्क नहीं करता यार, ठंड च ना करियो, जे ज्यादा अग लगी आ तो डुबकी भी मार लियो थल्ले, जे अंदरों ज्यादा गर्मी पैदा हो। ठीक है, तो दिखांदे फिर अगे थानू नजारे दिखांदे अंदर, आ ते इन्हां नू चारत पई पागल ने, आ ते ठंड च भी लगी फिरदे ने। ठीक है, तो दिखांदे अगे नजारे थानू। ओके गुड बाय, बैयो लाइक करो, सब्सक्राइब करो, सब कुछ करो। ते पाजी यार जी मेरा पाजी नु भी इंस्टाग्राम ते फॉलो करियो, पाजी दा इंस्टाग्राम अकाउंट मैं डिस्क्रिप्शन दे दांगा और स्क्रीन ते भी दिखा दांगा, ते पाजी नु करो, पाजी बहुत वेले ने प्लीज। हां ते सारे संपर्क करो, खास करके जेड़े नवे न्यू कमर्स। सो गाइज किवें लग्या व्लॉग दस्सियो जरूर कमेंट करके, ते मिलदे हां सी नेक्स्ट व्लॉग च, ते खिलर गया पूरे आपां इस टाइम, ते ठीक है मिलदे हां फिर तुहानूं नेक्स्ट व्लॉग च, जरूर दस्सियो किवें लग्या व्लॉग, ते लाइक और कमेंट करना ना भुल्लियो, ते फ्रेंड्स नूं भी अपने शेयर करियो। ते एक होर मैं दसदा, गिम्बल बहुत वधिया यार, बड़ा मजा आया इहनूं यूज़ करके, थोड़ी थोड़ी धीरे धीरे इहनूं सिखांगे ते होर मजा आऊगा, ते वधिया है यार, वधिया चीज़ है, तुसीं यूज़ कर सकते हो इहनूं, मेरी तरफ तो वधिया चीज़ है। ठीक है, मिलते हैं फिर नेक्स्ट व्लॉग च, ओके बाय।